ਔੜੀ ਪ੍ਰਥਮ ਭਗਵਤੀ ਸਿਮਰ ਤੇ ਗੁਰੂ ਨਾਨਕ ਦੇਵ ਧੈ ਕਰਨ ਵਿੱਚ ਗੁਰੂ ਅਮਰਦਾਸ ਰਾਮ ਦਾ ਸਿਰ ਸਾਹਿਬ ਹਰ ਦਿਨ ਹਰ ਗੋਬਿੰਦ ਨੂੰ वाहेगुरु पाया तुझन को से नाम हर के लागे कहे नानक तै सुख हुआ तित कर आनंद वाजे आनंद सुनो बड़ भागी हो सगल मनोरथ पूरै पार ब्रह्म प्रपा उतरे सगल सूरै दुख रोग संताप पुत्र सुनी सच्ची वाणी सां साधन पै साचे पूरे गुरते जानी सुनते पनीत कहते पवित्र सतगुरु अपर पूरै बिनवंत नान पुटा रुन लागे बाजे अनहद तूरै कहते पवित सतगुरिया पर पूरै बिनवंत नान गुर चरण लागे वाजे अनहद पूरै सतनाम श्री वाहिगुरु सतनाम श्री वाहिगुरु जी डोरस दे बसे कौन परमात सा वो तो मर गया सीगा मेरे दूजा दिन मैं 15 महीने ना आया हम निर्गुणिया नीच जान नान तुम निसान पुरखो हां सर्वकुंठ मुक्त मोह पाए एक निम कर के गुण गाए अनकराज को बढ़ियाई हर के नाम की कथा मन पाए आपन के लिया प्रतिज्ञा नान करने हम बाल सब नर सब को कोणी ताल जब निर्गुण का सह सवाई तब से सब को कटाए जब आपे आप अपनी जोत है तब कवन अंदर संत करे आपन क्या क्या करने आज नान दागर अगम पार अविनाशी सब क्या प्रयासन वह जन मान को कहाँ बनासन जब पूर्ण करता प्राप्त हुई तब जब कितना को कसोए जब आवत बोध के प्रावे का ता चतुर ग्रंथ पूछ लेगा जब नाथ ने जन को सरकार का पापी चल जा नान का प्रभु पापी पर जय कौन को मां कौन अभिमान जय श्रु केवल जगदीश तय जग जग लग पापी सर जय जो श्रुति जो सांग समावे तय किसे खूब कम तरतावे तन करावन कर हार नान करते करने समान जब अपनी सोभ अपन संग बनाई तब कौन माए भाव मित्र सुधवाई जय सर्व कला के प्रवीण तय वीर त्री को कोचीन जा करे जय अपन उच्च अपना मनेरा तय कौन ठाकर कौन कहिए चेरा विषम विषम रह बसमार
ਨਾਨਕ ਜਾਣਿਆ ਪਾਪ ਨਾਨਕ ਆਪਣੀ ਗਾਜਾਂ ਨੂੰ ਆਪ ਜੇ ਅਚਾਨ ਅਚੇਤ ਅਵੇ ਸਮਾਇਆ ਵਾਂ ਕਿਸੇ ਵਿਆਹ ਕਮਾਇਆ ਆਪਸ ਕੋ ਆਪੇ ਦੇ ਲੈ ਗੁਣ ਕਾ ਨਹੀਂ ਪਰਵੇ ਜੇ ਕੇ ਕੇ ਭਗਵੰਤਾ ਤੈ ਕੌਣ ਅਚੇਤ ਕਿਸ ਲਾਗੇ ਚਿੰਤਾ ਜੇ ਆਪਣੇ ਆਪ ਆਪ ਤੇਰਾ ਤੈ ਕੌਣ ਤੇ ਕੁਣ ਸੁਨਿਹਾਰਾ ਬਹੁ ਬਿਆਨ ਤੂੰ ਤੇ ਉੱਚਾ ਨਾਨਕ ਆਪਸ ਕੋ ਆਪੇ ਪਹੁੰਚਾ ਚਾਨਾ ਚੰਦਾਲ ਜਨ ਸੱਚੇ ਪਾਤਸ਼ਾਹ ਜੀ ਪਿੱਛੇ ਪਰਿਵਾਰ ਨੂੰ ਭਾਣ ਮਨ ਦਾ ਬਲ ਬੁੱਧੀ ਸਮਰੱਥਾ ਬਖਸ਼ਣਾ ਸੱਚੇ ਪਾਤਸ਼ਾਹ ਜੀ ਆਉਣ ਵਾਲੇ ਸਮੇਂ ਪਰਿਵਾਰ ਨੂੰ ਆਦੀਆਂ ਵਿਆਹ ਦੀਆਂ ਭਾਜੀਆਂ ਜੈਮਤਾਂ ਚੱਕਾਂ ਤੋਂ ਬਚਾਉਣਾ ਆਪ ਜੀ ਦੇ ਲਾਡਲੀਆਂ ਸਾਧ ਸੰਗਤਾਂ ਦੂਰੋਂ ਦਰਡੇ ਚੱਲ ਕਰ ਰਹੇ ਬੀਬੀ ਡੋਰੀ ਕੁਮਾਰੀ ਸੱਚੇ ਪਾਤਸ਼ਾਹ ਸ਼ਰਧਾਨੀਆਂ ਦੇਣ ਵਾਸਤੇ ਸਭਨਾਂ ਦਾ ਕਾਨੂੰਨ ਕਾਨੂੰਨ ਸਵਾਸ ਸਵਾਸ ਲਿਖੇ ਵਿੱਚ ਆਉਣਾ ਸੱਚੇ ਪਾਤਸ਼ਾਹ ਜੀ ਪਰਿਵਾਰ ਵੱਲੋਂ ਆਪ ਜੀ ਨੂੰ ਬਹੁਤ ਸੋਹਣੇ ਮਾਲਾ ਭੇਟ ਕੀਤਾ ਅੰਗੀਕਾਰ ਕਰਨਾ ਇਸੇ ਤਰ੍ਹਾਂ ਆਪਣੇ ਸੇਵਾਦਾਰ ਦੇ ਪੜਦੇ ਚੱਕਣੇ ਪ੍ਰਵਾਨ ਹੋਇਆ ਪ੍ਰਚਾਰ ਸਾਧ ਸੰਗਤ ਦੀ ਆਗਿਆ ਸੱਚੇ ਪਾਤਸ਼ਾਹ ਜੀ ਪਰਿਵਾਰ ਵੱਲੋਂ ਮਹਾਂਪੁਰਸ਼ਾਂ ਵਾਸਤੇ ਮਾਸਟਰ ਰਿਸ਼ਤੇ ਸੱਚੇ ਪਾਤਸ਼ਾਹ ਹਾਜ਼ਰ ਹੋਏ ਨੇ ਜਿਹਨਾਂ ਖਜ਼ਾਨਿਆਂ ਚੋਂ ਜਿਹਨਾਂ ਪੜਾਰਿਆਂ ਚੋਂ ਆਪ ਦੀ ਸੇਵਾ ਸਤਨਾਮ ਸ਼੍ਰੀ ਵਾਹਿਗੁਰੂ ਜੀ ਜੋ ਦਿਨ ਆਵੈ ਸੋ ਦਿਨ ਜਾਹੀ ਕਰਨਾ ਤੋ ਚਰਹਿਨ ਧਰਨਾ ਕਿਸ਼ਨ ਚਲਦਾ ਹਮੇ ਚਰਨਾ ਦੂਰ ਗਵਨ ਸ਼੍ਰੀ ਉੱਪਰ ਮਰਨਾ ਕਿਆ ਤੂੰ ਸੋਇਆ ਜਾ ਗਿਆ ਨਾ ਤੈ ਜੀਵਨ ਜਗ ਸੱਚ ਕਰ ਜਾਣਾ ਜਿਨ ਜੀ ਉਦਿਆ ਸਰੀਰ ਕਮਰਾਵੇ ਸਭ ਘਟ ਪਾਤਰ ਹਾਟ ਚਲਾਵੇ ਕਰ ਬੰਦਗੀ ਛਾੜ ਮੈਂ ਨੇਰਾ ਹਿਰਦੇ ਨਾਮ ਸਮਾਰ ਸਵੇਰਾ ਜਨਮ ਸਰਾਨੋ ਪੰਥਨਾ ਸਵਾਰਾ ਸਾਂਝ ਪ੍ਰੀ ਜੈਦਰ ਸੰਧਿਹਾਰਾ ਕਹਿਰ ਵਿਦਾਸ ਨਿਦਾਨ ਦੀਵਾਨੀ ਚੇਤ ਸੁਨਾਹੀ ਜੀਆਂ ਪੰਥਾਨੇ ਮਰਨ ਲਿਖਾਏ ਮੰਡਲ ਮੈਂ ਆਏ ਕਿਉਂ ਰਹੀਏ ਚਲਣਾ ਪਰਥਾਏ ਜਿਨ ਕੇ ਰਥ ਨੇਮ ਦਰਾਰਨ ਤੇ ਸਤਸਾਗਰ ਹੈ ਅਬਲੋ ਜਗਮਾਹੀ ਜਿਨ ਚਾਂਪਨ ਗੋਸ਼ਨ ਕੇਬਲ ਤੇ ਸਭ ਸ਼ਹਿਰ ਬਟੋਰ ਉਤਰੇ ਧਰ ਮਾਹੀ ਸੁਰ ਰਾਜ ਡਰੇ ਜਿਨ ਕੇ ਬਲ ਤੇ ਜਮ ਰਾਜ ਜਿੱਤੇ ਜਿਨ ਹੀ ਜਗ ਮਾਹੀ ਤੇ ਨਰ ਜਗ ਭੀਤਰ ਨਾਹੀ ਰਹੇ ਅਬ ਔਰ ਰਹੇ ਕੋਕੋ ਜਗ ਮਾਹੀ ਸੰਸਾਰ ਦੇ ਜਿਤਨੇ ਵੀ ਜੀਵ 84 ਲੱਖ ਜੀਵ ਜਾਂ ਜਿਤਨੇ ਵੀ ਹੈ ਸੰਸਾਰ ਦੇ ਉੱਤੇ ਇੱਥੋਂ ਕਰਨਾ ਕੁਝ ਰਹਿਣ ਕਰਨਾ ਹੀ ਸਨ ਜਾਣਾ ਹਰ ਇੱਕ ਜੀਵ ਦਾ ਸਮਾਂ ਜੋ ਨਿਸ਼ਚਿਤ ਹੈ ਆਪਣੇ ਸਮੇਂ ਸਮੇਂ ਦੇ ਅਨੁਸਾਰ ਸੰਸਾਰ ਦੇ ਅੰਦਰ ਉਤਪਤੀ ਹੋਇਆ ਕਰਦੀ ਹੈ ਸੰਸਾਰ ਦੇ ਅੰਦਰ ਜਬ ਕਰਖ ਕਰਾ ਕਰਤਾਰਾ ਪਰਜਾ ਕਰਤਵ ਦੇ ਅਪਾਰਾ ਜਬ ਅਕਰ ਕਰਤਵ ਕਬ ਹੂੰ ਤੁਮ ਮੈਂ ਮਿਲਤ ਦੇ ਤਰ ਜਬ ਹੂੰ ਜਦੋਂ ਪਰਮਾਤਮਾ ਦਾ ਹੁਕਮ ਹੁੰਦਾ ਹੈ ਸੰਸਾਰ ਦੇ ਉੱਤੇ ਆਉਣਾ ਹੋਇਆ ਕਰਦਾ ਹੈ ਜਦੋਂ ਪ੍ਰਭੂ ਦੀ ਹੁਕਮ ਹੁੰਦਾ ਭਾਣਾ ਹੁੰਦਾ ਕਿ ਸੰਸਾਰ ਦੇ ਉੱਤੋਂ ਸਭਨਾਂ ਨੇ ਕੂਚ ਕਰ ਜਾਣਾ ਸੋ ਅੱਜ ਦੇ ਸਮਾਗਮ ਦੇ ਅੰਦਰ ਸ਼੍ਰੀ ਗੁਰੂ ਮੇਰ ਚੰਦ ਲਾਖਾ ਜੀ ਜੀ ਸੁਰਿੰਦਰ ਕੌਰ ਜੀ ਇਹਨਾਂ ਦੇ ਬੇਟੇ ਪੰਕਜ ਕੁਮਾਰ ਜੀ ਜੋ ਪ੍ਰਦੇਸ਼ਾਂ ਵਿਖੇ ਹਨ ਬੀਬੀ ਡੋਰਸ ਕੁਮਾਰ ਜੀ ਸੰਸਾਰ ਦੇ ਉੱਤੋਂ ਅਲਵਿਦਾ ਕਰਦੇ ਹਾਂ ਸਾਨੂੰ ਸਾਰੇ ਪਰਿਵਾਰ ਨੂੰ ਸੰਬੰਧੀ ਜਾਨਾਂ ਨੂੰ ਇਸ ਸੰਸਾਰ ਦੇ ਅੰਦਰ ਆ ਕਰਕੇ ਵਿਛੋੜਾ ਦੇ ਕੇ ਗਏ ਪ੍ਰਭੂ ਭਾਣਾ ਮਿਲਣ ਦਾ ਬਲ ਬਖਸ਼ਿਸ਼ ਕਰਨ ਪਰਮਾਤਮਾ ਪਰਿਵਾਰ ਦੇ ਉੱਤੇ ਸਭ ਸੰਤੋਖ ਬੱਚਿਆਂ ਨੂੰ ਪ੍ਰਭੂ ਦੀ ਬੰਦਗੀ ਚਰਨ ਕਮਲਾਂ ਦਾ ਉਲਟਾ ਸਿਰਾ ਬਖਸ਼ਿਸ਼ ਕਰਨ ਜੀ ਸਤਨਾਮ ਨਹੀਂ ਕੋਈ ਨੀ ਕੋਈ ਨੀ